ਤੁਹਾਡਾ ਨਾਮ ਕੀ ਹੈ ਮੇਰਾ ਨਾਮ ਮੁਕੇਸ਼ ਹੈ ਤੁਸੀਂ ਕਿਹੜੀ ਕਲਾਸੇ ਚ ਪੜ੍ਹਨੇ ਹੋ ਮੈਂ 8ਵੀਂ ਕਲਾਸੇ ਚ ਪੜਨਾ ਆ ਤੁਹਾਡੇ ਮਾਪਿਓ ਦਾ ਕੀ ਨਾਮ ਹੈ ਮੇਰੀ ਮਾਂ ਦਾ ਨਾਮ ਸ਼੍ਰੀਮਤੀ ਕੁਸਮ ਤੇ ਪਿਓ ਦਾ ਨਾਮ ਸ਼੍ਰੀ ਪ੍ਰਕਾਸ਼ ਹੈ ਕੁੱਸੇ ਕੁੱਥੇ ਰੋਨੇਓ ਮੈਂ ਸੰਬੇ ਰੋਣਾ ਆ ਤੁਹਾਡੇ ਸਕੂਲੇ ਦਾ ਕੀ ਨਾਂ ਹੈ ਮੇਰੇ ਸਕੂਲੇ ਦਾ ਨਾਂ ਆਰਮੀ ਪਬਲਿਕ ਸਕੂਲ ਹੈ ਤੁਹਾਡੀ ਕਲਾਸ ਦੇ ਮਾਸਟਰ ਕਿਹੜਾ ਵਿਸ਼ਾ ਪੜਾਉਂਦੇ ਨੇ ਸਾਰੀ ਕਲਾਸ ਦੇ ਮਾਸਟਰ ਹਿੰਦੀ ਵਿਸ਼ੇ ਪੜ੍ਹਾਉਂਦੇ ਨੇ। ਤੁਹਾਡੀ ਰੁਚੀ ਕਿਹੜੇ ਵਿਸ਼ੇ 'ਚ ਜ਼ਿਆਦਾ ਹੈ? ਮिक्की ਡੋਗਰੀ ਭਾਸ਼ਾ ਸ਼ਾਇਰ ਲੱਗਦੀ ਹੈ। ਤੁਸੀਂ ਕੀ ਭਾਸ਼ਾ ਪੜ੍ਹਨਾ ਚੰਗਾ ਲੱਗਦਾ ਹੈ? ਆ ਇਹਦੇ 'ਚ ਕਵਿਤਾ, ਕਹਾਣੀਆਂ ਤੇ ਨਾਟਕ ਹੁੰਦੇ ਨੇ। ਨਾਟਕ ਤੇ ਅਸ ਵੀ ਖੇលੀ ਸਕਨੇ ਆ ਤੁਸੇ ਕਿਹੜੀ ਕਿਹੜੀ ਭਾਸ਼ਾ ਬੋਲੀ ਸਕਦੇ ਹੋ ਮੈਂ ਹਿੰਦੀ ਅੰਗਰੇਜ਼ੀ ਪੰਜਾਬੀ ਤੇ ਇਮਾਂਚਲੀ ਭਾਸ਼ਾ ਬੋਲੀ ਸਕਣਾ ਤੁੰਦੇ ਘਰੇ ਚ ਰੋਟੀ ਕੌਣ ਬਣਾਉਂਦਾ ਹੈ ਸਾਢੇ ਘਰੇ ਚ ਮਾਂ ਤੇ ਪਿਓ ਦੋਨੋਂ ਰੋਟੀ ਬਣਾਉਂਦੇ ਨੇ ਤੁਸੀਂ ਕੀ ਸਕੂਲੇ ਚ ਕੁੰਨ ਛੱਡਦਾ ਹੈ ਮਿੱਕੀ ਸਕੂਲ ਛੱਡਣੇਗੀ ਕਦਾਂ ਪਿਓ ਤੇ ਕਦਾਂ ਭਰਾ ਆ ਜਾਂਦੇ ਨੇ ਅਭਿਵਾਹਕ ਸਿੱਖਕ ਮੁਲਾਕਾਤ ਚ ਕੁੰਨ ਆਉਂਦੇ ਨੇ ਕੁਸਬੇਲੇ ਮੇਰੀ ਮਾਂ ਕੁਸਬੇਲੇ ਮੇਰਾ ਪਿਓ ਆਉਂਦੇ ਨੇ ਤੂੰ ਕੀ ਖਾਣੇ ਚ ਜ਼ਿਆਦਾਤਰ ਕੇ ਚੰਗਾ ਲੱਗਦਾ ਹੈ ਮਿੱਕੀ ਖਿਜੜੀ ਚੰਗੀ ਲੱਗਦੀ ਹੈ ਤੇਰੇ ਇਲਾਕੇ ਚ ਕਿਹੜਾ ਫਲ ਜ਼ਿਆਦਾ ਮਿਲਦਾ ਹੈ ਇੱਥੇ ਸੇਬ, ਅੰਬਰੂਦ ਤੇ ਪਪੀਤਾ ਜ਼ਿਆਦਾ ਮਿਲਦਾ ਹੈ ਪਰ ਮਿੱਕੀ ਕੇਲਾ ਸ਼ੈਰ ਲੱਗਦਾ ਹੈ ਤੁਸ ਸਵੇਰੇ ਕਿੰਨੇ ਵਜੇ ਉੱਠਦੇ ਹੋ ਮੈਂ ਸਵੇਰੇ 6 ਵਜੇ ਉੱਠਣਾ ਹੁੰਨਾ ਕੀ ਤੁਸ ਰੋਜ਼ ਕਸਰਤ ਕਰਨੇ ਹੋ ਨੇ ਆਹ ਮੈਂ ਯੋਗਾ ਕਰਨਾ ਹੁੰਨਾ ਤੁਹਾਡੇ ਸਕੂਲੇ ਚ ਕੋਈ ਯੋਗਾ ਦਾ ਸਿੱਖਸ਼ਕ ਹੈ ਆਹ ਸਾਡੇ ਸਕੂਲੇ ਚ ਯੋਗਾ ਦਾ ਸਿੱਖਸ਼ਕ ਹੈ ਉਹ ਅਸੀਂ ਯੋਗਾ ਤੇ ਦੂਵੇ ਵਿਆਯਾਮ ਸਿਖਾਉਂਦੇ ਨਾ ਤੁਸੀਂ ਕੀ ਖੇਲਣਾ ਪਸੰਦ ਹੈ ਆ ਮਿੱਕੀ ਫੁੱਟਬਾਲ ਖੇਲਣਾ ਪਸੰਦ ਹੈ ਮਿੱਕੀ ਅੰਦਰਾਲੀਆਂ ਖੇਲਣਾ ਚੰਗੀਆਂ ਲੱਗਦੀਆਂ ਨੇ ਤੇ ਤੁਸੀਂ ਕੀ ਮੈਂ ਟੇਬਲ ਟੈਨਿਸ ਖੇਲਣਾ ਤੂੰ ਸੋ ਵੀਡੀਓ ਗੇਮ ਖੇਲਦੇ ਹੋ ਨਾ ਮਿੱਗੀ ਵੀਡੀਓ ਗੇਮ ਸ਼ੈਲ ਨਹੀਂ ਲੱਗਦੀ ਮਿੱਗੀ ਬਾਹਰ ਚ ਖੇਲਣਾ ਸ਼ੈਲ ਲੱਗਦਾ ਜਿਹਾ ਕਬੱਡੀ ਤੁੰਦੇ ਇਲਾਕੇ ਚ ਕਿਹੜੀ ਨਦੀ ਵਗਦੀ ਹੈ ਸਾੜੇ ਇਲਾਕੇ ਚ ਤਵੀ ਨਦੀ ਵਗਦੀ ਹੈ ਉਦੇ ਆਸੇ-ਪਾਸੇ ਬੜੇ سارے ਬਾਗ ਨੇ ਅਸ ਸਾਰੇ ਉੱਥੇ ਘੁੰਮਣੇ ਜਾਂਦੇ ਆ ਤੁਸ ਨੂੰ ਕੁੰਮਣ ਕੁੱਥੇ ਜਾਂਦੇ ਹੋ ਅਸ ਬਾਗਿਆ ਚ ਘੁੰਮਣ ਜੰਨੇ ਆ ਸਾਢੇ ਸ਼ਹਿਰ ਦੇ ਬਾਹਰ ਇੱਕ ਪਹਾੜ ਐ ਇੱਕ ਘੁੰਮਣੇ ਦੀ ਬੜੀ ਸ਼ੈਲ ਜਗ੍ਹਾ ਐ ਤੁੰਦੇ ਇਲਾਕੇ ਚ ਖੇਤ ਐ ਨ ਆ ਸাড়ੇ ਲੱਖਾਂ ਚ ਬੜੇ ਖੇਤ ਨੇ ਉੱਥੇ ਇੱਕ ਜੰਗਲ ਵੀ ਹੈ ਉਸ ਜੰਗਲ ਚ ਇੱਕ ਚਰਨਾ ਹੈ ਤੁਸਾਂ ਚਰਨਾ ਦਿਖੇਗਾ ਨਹੀਂ ਪਰ ਮੈਂ ਦਿਖਣਾ ਚਾਹਨਾ ਮੇਰੇ ਗਰਾ ਆਂ ਮੈਂ ਤੂ ਕੀ ਚਰਨਾ ਦੱਸਗਾ ਉਫ ਅੱਜ ਬੜੀ ਗਰਮੀ ਪਵਾਦੀ ਹੈ ਅੱਜ ਬਰਖਾ ਪਾਉਣੀ ਚਾਹੀਦੀ ਸੁੰਦੇਲਾਕੇ ਚ ਮੌਸਮ ਕਨਿਆ ਹੈ ਇੱਥੇ ਦਾ ਮੌਸਮ ਜ਼ਿਆਦਾਤਰ ਆਮ ਜਾਂ ਗਰਮ ਰਹੁੰਦਾ ਹੈ ਕੀ ਤੁਸੇ ਰੇਗਿਸਤਾਨ ਦਿਖੇਗਾ ਨਹੀਂ ਮੈਂ ਰੇਗਿਸਤਾਨ ਨਹੀਂ ਦਿਖੇਦਾ ਉੱਥੇ ਬੜੀ ਗਰਮੀ ਪਉਂਦੀ ਹੈ ਆ ਪਰ ਰਾਤੀ ਰੇਤ ਠੰਡਾ ਹੋ ਹੀ ਜਾਂਦਾ ਮੈਂ ਵੀ ਰੇਗਿਸਤਾਨ ਦੇਖਣਾ ਚਾਹਨਾ ਮੈਂ ਪਿਛਲੀ ਗਰਮੀ ਦੀਆਂ ਛੁੱਟੀਆਂ 'ਚ ਆਪਣੇ ਘਰ ਆਨੇ ਕੰਨੇ ਪਰਨੇ ਚ ਕੁੰਮਣੇ ਗਈ ਗਿਆ ਦਾ ਉੱਥੇ ਸਰਦੀਆਂ 'ਚ ਬੜੀ ਬਰਫ਼ ਪਉਂਦੀ ਹੈ ਤੁੰਡਾ ਪਸੰਦੀਦਾ ਤਿਆਰ ਕਿਹੜਾ ਹੈ ਮੇਰਾ ਪਸੰਦੀਦਾ ਤਿਆਰ ਦੀਵਾਲੀ ਹੈ ਦੀਵਾਲੀ ਮਿੱਕੀ ਵੀ ਬੜੀ ਪਸੰਦ ਹੈ ਪਰ ਮਿਜੀ ਓਲੀ ਜ਼ਿਆਦਾ ਪਸੰਦ ਹੈ ਓਲੀ ਚ ਅਸ ਬੜਾ ਰੰਗ ਖੇਲਦੇ ਆ ਤਿਆਰ ਹੱਚ ਅਸ ਬੜੀ ਮਿਠਾਈਆਂ ਖੰਨੇ ਆ ਜੀਆਂ ਸੇਵੀਆਂ ਜਿਹਦੇ ਦਾ ਖਾਸ ਪਕਵਾਨ ਹੈ ਮੀਗੀ ਧਿਆ ਰਹਿੰਦਾ ਬੇਲੇ ਮੇਲੇ ਚ ਘੁੰਮਣਾ ਬੜਾ ਸ਼ਾਇਰ ਲੱਗਦਾ ਹੈ ਅ ਮिक्की ਵੀ ਘੁੰਮਣਾ ਪਸੰਦ ਹੈ ਤੁੰਦੇ ਸਕੂਲੇ ਚ ਆਜ਼ਾਦੀ ਦਾ ਦਿਨ ਕਿੰਨਾ ਮਨਾਇਆ ਜਾਂਦਾ ਹੈ ਅਸੀਂ ਝੰਡਾ ਚਾੜਦੇ ਹਾਂ ਤੇ ਰਾਸ਼ਟ ਗਾਨ ਗਾਉਂਦੇ ਹਾਂ ਤੇ ਲੱਡੂ ਖਾਂਦੇ ਹਾਂ ਇਨ੍ਹਾ ਗਾਣਤੰਤਰਤਾ ਦਿਵਸ ਵੀ ਮਨਾਉਂਦੇ ਆਂ 2 ਅਕਤੂਬਰ ਕੀ ਅਸ ਸਵਛਤਾ ਦਿਹਾੜਾ ਮਨਾਉਂਦੇ ਆਂ ਨੇ ਸਾਡੇ ਸਕੂਲੇ ਚ ਮਾਤਰ ਭਾਸ਼ਾ ਦਿਹਾੜਾ ਵੀ ਮਨਾਉਂਦੇ ਨੇ ਜਿਹੜਾ 21 ਫਰਵਰੀ ਕੀ ਆਉਂਦਾ ਹੈ ਤੁੰਦੇ ਕਰੇ ਚ ਕੋਨ ਕੋਨ ਮੇਰੇ ਘਰੇ ਚ ਮਾਪਿਓ ਦਾਦਾ-ਦਾਦੀ ਚਾਚਾ ਚਾਚੀ ਤੇ ਮੇਰੀ ਭੈਣ ਹੈ। ਅੱਛਾ ਤੂੰ ਕਦੀ ਆਪਣੇ ਮਾਮੇ ਦੇ ਘਰੇ ਚ ਜਾਂਦੇ ਹੋ? ਹਾਂ ਮੈਂ ਛੁੱਟੀਆਂ ਚ ਮਾਮੇ ਦਾ ਘਰ ਜੰਨਾ ਆ। ਉੱਥੇ ਬੜਾ ਸ਼ਾਇਰ ਲੱਗਦਾ ਹੈ। ਉੱਥੇ ਮੇਰੇ ਮਾਮਾ ਮਾਮੀ ਮਾਸੀ ਤੇ ਨਾਨਾ ਨਾਨੀ ਰਹਉਂਦੇ ਨਾ ਸਾਰੀ ਨਾਨੀ ਅਸੇਂ ਕੀ ਬੜੀਆਂ ਕਹਾਣੀਆਂ ਸੁਣਾਉਂਦੀ ਐ ਕੀ ਤੁਸ ਵੀ ਆਪਣੇ ਮਾਮੇ ਦੇ ਘਰ ਜਾਂਦੇ ਹੋ हां मैं भी अपने मामे ਤੇ 부ਆ ਦੋਨੇ ਦੇ ਘਰ ਜੰਨਾ ਹੈ ਮੇਰੀ 부ਆ ਦੇ ਘਰੇ ਚ ਇੱਕ ਕੁੱਤਾ ਤੇ ਇੱਕ ਬਿੱਲੀ ਵੀ ਹੈ ਮੇਰੇ ਘਰੇ ਚ ਗਊ ਤੇ ਬੱਚੇ ਨੇ ਸਾਡੇ ਗਰਾਹ ਚ ਬੈਂਸ ਤੇ ਬੱਕਰੀਆਂ ਵੀ ਆਣ ਮੇਰੇ ਘਰੇ ਚ ਇੱਕ ਤੋਤਾ ਹਾ ਇੱਕ ਦਿਨ ਉਹ ਉੱਡੀ ਆ ਤੇ ਮिक्की ਬੜਾ ਮਜ਼ਾ ਆ। ਤੁਸੀਂ ਸਕੂਲੇ ਦੀ ਛੁੱਟੀਆਂ 'ਚ ਕੁੱਥੇ ਘੁੰਮਣਾ ਪਸੰਦ ਕਰਦੇ ਹੋ? ਮਿੱਕੀ ਗਰਮੀਆਂ ਦੀ ਛੁੱਟੀਆਂ 'ਚ ਪਹਾੜਾਂ 'ਚ ਘੁੰਮਣਾ ਪਸੰਦ ਹੈ। ਇਨੇ ਛੁੱਟੀਆਂ 'ਚ ਕੁੱਥੇ ਜਾਣਿਆ ਲਿਓ? ਮੈਂ ਤਾਂ ਇਹਨੇ ਛੁੱਟੀਆਂ 'ਚ ਸਿੱਕਮ ਜਾਂ ਕਸ਼ਮੀਰ ਜਾਣੇ ਆਲਾ ਮੇਰੀ ਇੱਛਾ ਤਾਂ ਠੰਡੀ ਦੀ ਛੁੱਟੀਆਂ 'ਚ ਗੋਆ ਜਾਂ ਅੰਡਮਾਨ ਜਾਣੇ ਦੀ ਹੈ ਅਰੇ ਅੰਡਮਾਨ ਤੇ ਸਾਗਰਾ ਦੇ ਵਿੱਚ ਐ ਉੱਥੇ ਕਿਹਾਂ ਜਾਂਦੇ ਨੇ ਉੱਥੇ ਅਵਾਈ ਜਾ ਜਿੱਚ ਪਾਣੀ ਵਾਲੇ ਜਾਜ ਦੋਨੇ ਚ ਜਾ ਸਕਨੇ ਆ ਤੁਸੀਂ ਪੜ੍ਹੀ ਲਿਖੀ ਹੈ ਕੀ ਕਰਨਾ ਚਾਹੁੰਦੇ ਹੋ ਮੈਂ ਲੇਖਕ ਬਣਨਾ ਚਾਹਨਾ ਹੈ ਮੈਂ ਆਪਣੇ ਘਰੇਲੂਤਨ ਦੇ ਚ ਮਦਦ ਕਰਨਾ ਚਾਹਨਾ ਹੈ ਜੀਆਂ ਕਿਹੜੇ ਤਰੀਕੇ ਦਾ ਧੰਦਾ ਖੇਤੀ ਬਾੜੀ ਬਾਗਬਾਨੀ ਦੁਕਾਨ ਤੇ ਕੱਪੜੇ ਦਾ ਧੰਦਾ ਮੈਂ ਰਾਜਨੀਤੀ ਚ ਜਾਣਾ ਚਾਹਨਾ ਹੈ ਮੇਰਾ ਸੁਪਨਾ ਐਵਰੇਸਟ ਉੱਪਰ ਜਾਣ ਦਾ ਹੈ ਮੈਂ ਤੇ ਫੌਜੀ ਬਣਨਾ ਚਾਹੁੰਦਾ ਹਾਂ